ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਇੰਡੀਆ ਨਿਊਜ਼ ਪੰਜਾਬ, ਤੁਹਾਡੇ ਨਾਲ ਮੈਂ ਅੰਮ੍ਰਿਤਾ ਗਰਗ। ਸ਼ੁਰੂਆਤ ਕਰਾਂਗੇ ਸੁਪਰਫਾਸਟ ਖਬਰਾਂ ਦੀ। ਪੰਜ ਤੱਤਾਂ ਚ ਵਿਲੀਨ ਹੋਏ ਚੇਤੀ ਨਿਗਮ, ਬੋਧ ਘਾਟ ਤੇ ਕੀਤਾ ਗਿਆ ਅੰਤਿਮ ਸੰਸਕਾਰ। ਉਪਰਾਸ਼ਟਰਪਤੀ ਵੈਂਕਈਆ ਨਾਇਡੂ ਭਾਵੁਕ ਨਜ਼ਰ ਆਏ, ਉਹਨਾਂ ਦੀਆਂ ਅੱਖਾਂ ਦੇ ਵਿੱਚ ਇਸ ਮੌਕੇ ਨਜ਼ਰ ਆਏ ਹੰਝੂ। ਅੰਤਿਮ ਸੰਸਕਾਰ ਤੋਂ ਪਹਿਲਾਂ ਦਿੱਤਾ ਗਿਆ ਗਾਰਡ ਆਫ ਆਨਰ। ਕਰਤਾਰਪੁਰ ਕੋਰੀਡੋਰ ਤੇ ਪਾਕਿਸਤਾਨ ਦਾ ਬਿਆਨ, ਨਿਸ਼ਚਿਤ ਸਮੇਂ ਦੇ ਵਿੱਚ ਕਿਹਾ ਪੂਰਾ ਹੋਏਗਾ ਕੰਮ। ਪਾਕ ਪੀਐਮ ਦੇ ਸਲਾਹਕਾਰ ਦਾ ਬਿਆਨ, ਕਿਹਾ ਜੰਮੂ ਕਸ਼ਮੀਰ ਦੇ ਮਾਮਲੇ 'ਚ ਅਸਰ ਲਾਂਘੇ ਤੇ ਨਹੀਂ ਪਏਗਾ। ਮੁੱਖ ਮੰਤਰੀ ਕੈਪਟਨ ਨੇ ਸੱਦੀ ਮੀਟਿੰਗ, ਰਾਹਤ ਕਾਰਜਾਂ ਦਾ ਲੈਣਗੇ ਜਾਇਜ਼ਾ। ਕੈਬਨਿਟ ਮੰਤਰੀ ਸੁਖ ਸਰਕਾਰੀਆ ਤੇ ਮੁੱਖ ਪ੍ਰਿੰਸੀਪਲ ਸਕੱਤਰ ਰਹਿਣਗੇ ਮੌਜੂਦ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਕੇਂਦਰ ਸਰਕਾਰ ਦੀ ਟੀਮ, ਟੀਮ ਵੱਲੋਂ ਲਿਆ ਜਾਏਗਾ ਜਾਇਜ਼ਾ। ਮੁੱਖ ਮੰਤਰੀ ਦੀ ਅਪੀਲ ਤੇ ਟੀਮ ਭੇਜਣ ਦਾ ਕੀਤਾ ਗਿਆ ਐਲਾਨ, ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਕੀਤੀ ਸੀ ਅਪੀਲ। ਪੰਜਾਬ ਸਰਕਾਰ ਦੀ ਲੋਕਾਂ ਨੂੰ ਮਦਦ ਕਰਨ ਦੀ ਅਪੀਲ, ਲੋਕਾਂ ਨੂੰ ਅਕਾਊਂਟ ਨੰਬਰ ਤੇ ਪੈਸੇ ਜਮ੍ਹਾਂ ਕਰਵਾ ਕੇ ਕਰ ਸਕਦੇ ਨੇ ਹੜ੍ਹ ਪੀੜਤ ਮਦਦ। ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਮੁਤਾਬਕ ਸੀਏ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਵੱਲੋਂ ਇਸ ਬਾਬਤ ਅਪੀਲ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਟੀਮ ਭੇਜਣ ਦੀ ਪੁਸ਼ਟੀ ਕੀਤੀ ਹੈ। ਸਰਕਾਰੀਆ ਦਾ ਕਹਿਣਾ ਹੈ ਕਿ ਕੇਂਦਰ ਦੀ ਟੀਮ ਨੂੰ ਜਲਦ ਹੀ ਸਰਵੇਖਣ ਕਰਨਾ ਚਾਹੀਦਾ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁਲਕ ਦੇ ਵੱਖ ਵੱਖ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਵਿੱਚ ਸਰਵੇਖਣ ਦੇ ਲਈ ਕੇਂਦਰ ਵੱਲੋਂ ਟੀਮ ਭੇਜੀ ਜਾਈ ਹੈ, ਪਰ ਸਿਰਫ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹਾਲਾਂਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਕੇਂਦਰ ਨੇ ਟੀਮ ਭੇਜਣ ਨੂੰ ਹਾਮੀ ਭਰੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਤਲੁਜ ਦੀ ਮਾਰ ਹੇਠ ਆਏ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਵੱਲੋਂ ਰਾਹਤ ਸਮੱਗਰੀ ਵੰਡੀ ਗਈ। ਸੂਬਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਉਹਨਾਂ ਵੱਲੋਂ ਸਾਧੇ ਗਏ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਕਰੇ। ਸੁਖਬੀਰ ਬਾਦਲ ਦਾ ਹੜ੍ਹਾਂ ਲਈ ਰੇਤ ਮਾਫੀਆ ਨੂੰ ਜ਼ਿੰਮੇਵਾਰ ਠਹਿਰਾਉਣਾ ਤੇ ਮਾਨ ਨੇ ਜਵਾਬ ਦਿੱਤਾ, ਕਿਹਾ ਰੇਤ ਮਾਫੀਆ ਉਹਨਾਂ ਦੇ 10 ਸਾਲ ਦੀ ਸੱਤਾ ਦੀ ਦੇਣ ਹੈ। ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਲੰਧਰ ਦੇ ਪਿੰਡ ਲੋਹੀਆਂ 'ਚ ਸਤਲੁਜ ਦਰਿਆ 'ਚ ਪਾੜ ਪਿਆ ਹੋਇਆ, ਜਿਸਦਾ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਵਿੰਦਰ ਸਰਕਾਰੀਆ ਪਹੁੰਚੇ। ਹਰਸਿਮਰਤ ਕੌਰ ਬਾਦਲ ਦੇ ਬਿਆਨ ਤੇ ਉਹਨਾਂ ਪ੍ਰਤੀਕਰਮ ਦਿੱਤਾ ਕਿ ਕਾਂਗਰਸ ਵੱਲੋਂ ਜਲਦ ਹੀ ਪੀਐਮ ਮੋਦੀ ਨੂੰ ਮਿਲ ਕੇ ਹੜ੍ਹ ਸੰਬੰਧੀ ਰਾਹਤ ਪੈਕੇਜ ਦੀ ਮੰਗ ਕੀਤੀ ਜਾਏਗੀ। ਨਵਾਂਸ਼ਹਿਰ ਵਿਖੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਤੇਜ਼ ਮੀਂਹ ਨੇ ਤਾਪਮਾਨ ਡਿੱਗਿਆ। ਰੂਪਨਗਰ ਦੇ ਰੋਪੜ ਜਲੰਧਰ ਬਾਈਪਾਸ ਤੇ 180 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆ ਤੇ ਬਣੇ ਫਲਾਈਓਵਰ ਦੀਆਂ ਸਲੈਬ ਖਿਸਕ ਕੇ ਬਾਹਰ ਆਉਣ ਲੱਗ ਪਈਆਂ ਨੇ।
ਫਲਾਈਓਵਰ 4 ਸਾਲ ਪਹਿਲਾਂ ਹੀ ਬਣਾਇਆ ਗਿਆ ਸੀ ਜਿਸ ਦੇ ਨਿਰਮਾਣ 'ਚ ਲੋਕਾਂ ਨੇ ਘਪਲਾ ਹੋਣ ਦਾ ਖਰਚਾ ਜਤਾਇਆ। पाकिस्तान तो लगातार पानी छड्डिया जा रहा है जिसके चलते फिरोजपुर के पिंड टेडीवाल दे विच बन पानी का खतरा पद्धर बढ़ रहा है। क्रांतिकारी किसान यूनियन वालों रोपड़ के हड़ प्रभावित इलाकों के लंगर का ट्रक रवाना किया गया। उधर प्रेम संबंधों को लेकर हुए झगड़े के विच पिंड बग्गावाली के सबका सरपंच की बेटी की हत्या होने का मामला सामने आया।